अज पंजाब का अंदोलन नहीं, जिहड़ा 26 तरीक का 27 तरीक की कर दिती है, पूरे भारत के साडे किसान दिल्ली का जिहड़ा घराओ करन लई आ रहे ने, दिल्ली नूं कूच कर रहे ने। खनौरी पाटड़ा मेन हरियाणे नूं दाखल हुंदा है, असी लगभग अठने जिहड़ा हरियाणे दी एंट्री मारांगे और 50,000 किसान अज असी दिल्ली नूं कूच कर रहे हैं। ਪ੍ਰਦਰਸ਼ਨ ਵੀ ਕੀਤਾ ਜਾਊ, ਕੀ ਕੀਤਾ ਜਾਊਗਾ ਜੇ ਬੈਰੀਗੇਡ ਲਾ ਕੇ ਪੁਲਿਸ ਵੱਲੋਂ ਰੋਕ ਬੰਦੀ? ਬਿਲਕੁਲ ਜੀ, ਸਾਡਾ ਇੱਥੇ 2-3 ਮਹੀਨਿਆਂ ਤੋਂ ਪ੍ਰਦਰਸ਼ਨ ਚੱਲ ਰਿਹਾ, ਸਾਰਾ ਪ੍ਰਦਰਸ਼ਨ ਸ਼ਾਂਤਮਈ ਹੀ ਰਿਹਾ, ਸੋ ਅਸੀਂ ਫਿਰ ਵੀ ਬਾਬੇ ਨਾਨਕ ਦੇ ਸਿਧਾਂਤਾਂ 'ਤੇ ਚੱਲਦੇ ਹਾਂ, ਅਸੀਂ ਸ਼ਾਂਤਮਈ ਆਪਦੇ ਹੱਕ ਲੈ ਕੇ ਮੁੜਾਂਗੇ ਜੀ। ਪੰਜਾਬ ਵਿੱਚੋਂ ਸਭ ਤੋਂ ਪਹਿਲਾਂ ਬਠਿੰਡਾ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪਹਿਲਾ ਜੱਥਾ ਜਿਹੜਾ ਰਵਾਨਾ ਹੋ ਰਿਹਾ ਦਿੱਲੀ ਦੇ ਵੱਲ ਕੂਚ ਕਰ ਰਹੇ ਨੇ, ਕਿਸਾਨ ਉੱਥੇ ਜਾ ਕੇ ਪ੍ਰਦਰਸ਼ਨ ਕੀਤਾ ਜਾਊਗਾ। ਬਠਿੰਡਾ ਦੇ ਕੋਟ ਸ਼ਮੀਰ ਰੋਡ 'ਤੇ ਅਸੀਂ ਮੌਜੂਦ ਹਾਂ, ਇੱਕ ਵਾਰੀ ਤਸਵੀਰਾਂ ਦਿਖਾ ਦਿੰਦੇ ਹਾਂ। ਕਿਸਾਨ ਯੂਨੀਅਨ ਹੈ, ਟਰੈਕਟਰ ਟਰਾਲੀਆਂ 'ਤੇ ਦਿੱਲੀ ਵੱਲ ਰਵਾਨਾ ਹੋਣਗੇ, ਪ੍ਰਦਰਸ਼ਨ ਕੀਤਾ ਜਾਊਗਾ ਦਿੱਲੀ ਵਿੱਚ ਜਾ ਕੇ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੇ ਵਾਸਤੇ, ਕਿਉਂਕਿ ਲਗਾਤਾਰ ਕਿਸਾਨ ਮੰਗ ਕਰ ਰਹੇ ਨੇ ਕੇਂਦਰ ਸਰਕਾਰ ਤੋਂ ਵੀ ਜਲਦ ਤੋਂ ਜਲਦ ਖੇਤੀ ਕਾਨੂੰਨ ਨੂੰ ਰੱਦ ਕੀਤਾ ਜਾਵੇ। ਲੇਕਿਨ ਕਿਸੇ ਤਰ੍ਹਾਂ ਦਾ ਕੋਈ ਹੱਕ 'ਚ ਫੈਸਲਾ ਨਹੀਂ ਆ ਰਿਹਾ ਕਿਸਾਨਾਂ 'ਤੇ, ਤਾਂ ਲਗਾਤਾਰ ਪ੍ਰਦਰਸ਼ਨ ਪੰਜਾਬ ਵਿੱਚ ਇਸੇ ਤਰ੍ਹਾਂ ਜਾਰੀ ਹੈ। ਪਿਛਲੇ ਲੰਬੇ ਸਮੇਂ ਤੋਂ ਕਿਸਾਨ ਸੜਕਾਂ 'ਤੇ ਡਟੇ ਹੋਏ ਨੇ, ਕੇਂਦਰ ਸਰਕਾਰ ਨੂੰ ਮਜਬੂਰ ਕਰ ਰਹੇ ਨੇ, ਲੇਕਿਨ ਕਿਸਾਨਾਂ ਦੇ ਹੱਕ 'ਚ ਫੈਸਲਾ ਨਹੀਂ ਆ ਰਿਹਾ। ਤਾਂ ਹੁਣ ਕਿਸਾਨਾਂ ਨੇ ਰਣਨੀਤੀ ਬਣਾਈ ਹੈ, ਦਿੱਲੀ ਜਾ ਕੇ ਪ੍ਰਦਰਸ਼ਨ ਕਰਨਗੇ। ਕਿਸਾਨ ਆਗੂ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਕੀ ਕਹਿਣਾ ਚਾਹੋਗੇ ਜੀ, ਹੁਣ ਦਿੱਲੀ ਜਾ ਰਹੇ ਹੋ, ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਹੈ? ਸੋ ਸਾਡਾ ਜਿਹੜਾ ਅੰਦੋਲਨ ਪਿਛਲੇ 2 ਲਗਭਗ ਮਹੀਨਿਆਂ ਤੋਂ ਚੱਲ ਰਿਹਾ ਪੰਜਾਬ ਦੇ ਵਿੱਚ, ਔਰ ਇਸ ਪੰਜਾਬ ਦੇ ਅੰਦੋਲਨ ਨੇ ਸਾਡੇ ਅੰਦੋਲਨ ਨੂੰ ਇੰਨਾ ਮਤਲਬ ਜਾਣੀ ਹੁਲਾਰਾ ਮਿਲਿਆ, ਇੰਨਾ ਹੁੰਗਾਰਾ ਮਿਲਿਆ ਕਿ ਲਗਭਗ ਬਾਰਡਰੇ ਜਿਹੜੇ ਵਿੱਚ ਲੋਕ ਬੈਠੇ ਅੰਦੋਲਨ ਕਰ ਰਹੇ ਨੇ। ਸੋ ਅੱਜ ਪੰਜਾਬ ਦਾ ਅੰਦੋਲਨ ਨਹੀਂ, ਜਿਹੜਾ 26 ਤਰੀਕ ਦਾ 27 ਤਰੀਕ ਦੀ ਕਾਲ ਦਿੱਤੀ ਹੈ, ਪੂਰੇ ਭਾਰਤ ਦੇ ਸਾਡੇ ਕਿਸਾਨ ਦਿੱਲੀ ਦਾ ਜਿਹੜਾ ਘਰਾਓ ਕਰਨ ਲਈ ਆ ਰਹੇ ਨੇ, ਦਿੱਲੀ ਨੂੰ ਕੂਚ ਕਰ ਰਹੇ ਨੇ। ਅੱਜ ਅਸੀਂ ਪੰਜਾਬ ਦੇ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ 50,000 ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਆਪਣੇ ਪੰਜਾਬ ਦੇ ਵਿੱਚੋਂ ਜਿਹੜਾ ਖਨੌਰੀ ਪਾਟੜਾ ਮੇਨ ਹਰਿਆਣੇ ਨੂੰ ਦਾਖਲ ਹੁੰਦਾ ਹੈ, ਅਸੀਂ ਲਗਭਗ ਆਪਣੇ ਜਿਹੜਾ ਹਰਿਆਣੇ ਦੀ ਐਂਟਰੀ ਮਾਰਾਂਗੇ ਔਰ 50,000 ਕਿਸਾਨ ਅੱਜ ਅਸੀਂ ਦਿੱਲੀ ਨੂੰ ਕੂਚ ਕਰ ਰਹੇ ਹਾਂ। ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਹੋਏ ਨੇ, ਕਿਉਂਕਿ ਦਿੱਲੀ ਜਾ ਰਹੇ ਹੋ ਭਾਰੀ ਮਾਤਰਾ 'ਚ ਕਿਸਾਨ ਜਥੇਬੰਦੀਆਂ ਟਰੈਕਟਰ ਟਰਾਲੀਆਂ 'ਤੇ ਜਾਊਂਗੇ, ਠੰਡ ਦਾ ਟਾਈਮ ਆ, ਪ੍ਰਬੰਧ ਕਿਸ ਤਰ੍ਹਾਂ ਦੇ ਆ? ਸਾਡੇ ਪ੍ਰਬੰਧ ਪੂਰਨ ਤੌਰ 'ਤੇ 2-3 ਦਿਨ ਹੋ ਗਏ ਸਾਨੂੰ ਟਰਾਲੀਆਂ ਤਿਆਰ ਕਰੀ ਜਾਂਦੀਆਂ ਨੂੰ, ਸੋ ਸਾਨੂੰ ਬਰਾਤ ਚੜ੍ਹਨ ਜਿੰਨਾ ਚਾਹ ਹੈ, ਬਾਕੀ ਸਾਡੇ ਪ੍ਰਧਾਨਾਂ ਤੋਂ ਸਾਨੂੰ ਇੰਨਾ ਕੁ ਉਤਸ਼ਾਹ ਮਿਲਦਾ। ਨੌਜਵਾਨ ਪੀੜ੍ਹੀ ਇਸ ਵਾਰ ਮੰਜ਼ਰ ਦੇਖਣ ਵਾਲਾ ਹੋਊਗਾ, ਪੂਰਨ ਤੌਰ 'ਤੇ ਪੰਜਾਬ ਦੇ ਹਿੱਤਾਂ ਲਈ ਖੜੀ ਹੈ। ਪ੍ਰਬੰਧ ਦੀ ਗੱਲ ਕਰੀਏ ਤਾਂ ਸਾਡੇ ਕੋਲ ਪ੍ਰਬੰਧ ਇੰਨੇ ਕੁ ਪੁਖਤ ਹੈ ਕਿ ਸਾਡੇ ਕੋਲ ਰਜਾਈਆਂ, ਗਦੈਲੇ, ਮੋਟੇ ਕੱਪੜੇ ਅਤੇ ਉੱਪਰ ਦਾ ਜੋ ਕਾਗਜ਼ ਹੈ, ਮੀਂਹ ਕਣੀ ਦਾ ਮੌਸਮ ਹੋਇਆ, ਕੁਛ ਵੀ ਸਾਡੇ ਕੋਲ ਸਭ ਕੁਛ ਹੈ। ਤੇਲ ਜਿੰਨਾ ਸਾਨੂੰ ਚਾਹੀਦਾ ਉਹ ਤੋਂ ਡੂਡਾ ਤੇਲ ਸਾਡੇ ਕੋਲ ਟਰਾਲੀਆਂ 'ਚ ਪਿਆ। ਅੱਛਾ ਜੀ, ਰੋਕਿਆ ਜਾਂਦਾ ਰਾਹ 'ਚ, ਪ੍ਰਦਰਸ਼ਨ ਵੀ ਕੀਤਾ ਜਾਊਗਾ, ਕੀ ਕੀਤਾ ਜਾਊਗਾ ਜੇ ਬੈਰੀਗੇਡ ਲਾ ਕੇ ਪੁਲਿਸ ਵੱਲੋਂ ਰੋਕ ਬੰਦੀ? ਬਿਲਕੁਲ ਜੀ, ਸਾਡਾ ਇੱਥੇ 2-3 ਮਹੀਨਿਆਂ ਤੋਂ ਪ੍ਰਦਰਸ਼ਨ ਚੱਲ ਰਿਹਾ, ਸਾਰਾ ਪ੍ਰਦਰਸ਼ਨ ਸ਼ਾਂਤਮਈ ਹੀ ਰਿਹਾ, ਸੋ ਅਸੀਂ ਫਿਰ ਵੀ ਬਾਬੇ ਨਾਨਕ ਦੇ ਸਿਧਾਂਤਾਂ 'ਤੇ ਚੱਲਦੇ ਹਾਂ, ਅਸੀਂ ਸ਼ਾਂਤਮਈ ਆਪਦੇ ਹੱਕ ਲੈ ਕੇ ਮੁੜਾਂਗੇ ਜੀ। ਸੱਦਾ ਹੈ ਕੇਂਦਰ ਵੱਲੋਂ ਵੀ, ਕੇਂਦਰੀ ਖੇਤੀਬਾੜੀ ਮੰਤਰੀ 3 ਤਰੀਕ ਨੂੰ ਮੀਟਿੰਗ ਕਰਨਾ ਚਾਹੁੰਦੇ ਨੇ ਕਿਸਾਨਾਂ ਨਾਲ, ਕਿਸਾਨ ਬੈਠਣਗੇ ਦੁਆਰਾ ਕੇਂਦਰ ਸਰਕਾਰ ਨਾਲ? ਸੋ ਜਿਹੜੀਆਂ ਸੱਦਾ, ਇਹੋ ਜਿਹੇ ਸੱਦੇ ਪੱਤਰ ਪਹਿਲਾਂ ਵੀ 3-4 ਆ ਚੁੱਕੇ ਨੇਗੇ, ਜਿਹੜੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਆ ਉਹ ਐਡੇ ਕਮਜ਼ੋਰ ਅਤੇ ਮਾੜੇ ਦੇ ਲਾਲੇ ਨੇ, ਔਰ ਜੇਕਰ ਸੱਚੀਓ ਕੋਈ ਲਿਖਤੀ ਪੜ੍ਹਤੀ ਸਾਡੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਪੱਤਰ ਆਉਂਦਾ ਬਕਾਇਦਾ ਲਿਖਤੀ ਪੜ੍ਹਤੀ, ਕੇਂਦਰ ਸਰਕਾਰ ਨਰਮ ਦਿੱਲੀ ਦੇ ਨਾਲ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ, ਸਾਡੀਆਂ ਮੰਗਾਂ 'ਤੇ ਮੋਹਰ ਲਾਉਣਾ ਚਾਹੁੰਦੀ ਹੈ, ਤਾਂ ਕਿਸਾਨ ਕਦੇ ਵੀ ਜਵਾਬ ਨਹੀਂ ਦਿੰਦੇ, ਕਿਸਾਨ ਗੱਲਬਾਤ ਲਈ ਤਿਆਰ। ਅੱਛਾ, ਇੱਕ ਮੰਚ 'ਤੇ ਪ੍ਰਦਰਸ਼ਨ ਹੋਊਗਾ, ਦਿੱਲੀ 'ਚ ਸਾਰੇ ਇਕੱਠੇ ਹੋ ਗਏ? ਬਿਲਕੁਲ ਜੀ, ਇੱਥੇ ਵੀ ਅਸੀਂ ਸਾਰੇ ਇੱਕ ਮੰਚ 'ਤੇ 29 ਜਥੇਬੰਦੀਆਂ ਇਕੱਠੇ ਸੀ, ਉੱਥੇ ਵੀ ਸਾਡੀਆਂ ਸਾਰੀਆਂ ਕਿਸਾਨ ਮੁੱਦਿਆਂ ਵਾਲੀਆਂ ਜਥੇਬੰਦੀਆਂ ਇਕੱਠੀਆਂ ਰਹਿਣਗੀਆਂ। ਸੋ ਇਕੱਠੇ ਰਹਿਣ ਕਰਕੇ, ਇਕਜੁੱਟਤਾ ਦਿਖਾਉਣ ਕਰਕੇ ਹੀ ਹੁਣ ਤੱਕ ਪੰਜਾਬ ਦਾ ਸੰਘਰਸ਼ ਇੱਥੇ ਅਤੇ ਬਾਹਰਲੇ ਦੇਸ਼ਾਂ 'ਚ ਲਾਇਆ ਜਾ ਰਿਹਾ ਜੀ। ਜੀ ਬਿਲਕੁਲ, ਕਿਸਾਨ ਆਗੂ ਨੇ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਹੈ ਜੋ ਪਹਿਲ ਕੀਤੀ ਹੈ, ਅਤੇ ਹੁਣ ਦਿੱਲੀ ਜਾਣਗੇ, ਦਿੱਲੀ ਵਿੱਚ ਜਾ ਕੇ ਕੇਂਦਰ ਸਰਕਾਰ ਦੇ ਖਿਲਾਫ਼ ਵਿਰੋਧ ਕੀਤਾ ਜਾਊਗਾ, ਤਾਂ ਕਿ ਖੇਤੀ ਕਾਨੂੰਨ ਨੂੰ ਜਲਦ ਤੋਂ ਜਲਦ ਰੱਦ ਹੋਵੇ। ਭਾਰੀ ਮਾਤਰਾ ਦੇ ਵਿੱਚ ਕਿਸਾਨ ਜਾ ਰਹੇ ਨੇ ਅਤੇ ਦਿੱਲੀ ਵਿੱਚ ਜਾ ਕੇ ਕੇਂਦਰ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨਗੇ, ਨਾਅਰੇਬਾਜ਼ੀ ਕਰਨਗੇ, ਕਿਉਂਕਿ
केंद्र सरकार कोई फैसला नहीं सुना रही किसानों के हक के विच। इस तरह प्रदर्शन किसान पिछले लंबे समय तो कर रहे हैं, तो हुण दिल्ली जाके प्रदर्शन जिहड़ा तिखा करनगे। कुणाल बांसल, लिविंग इंडिया न्यूज़, पंजाब, बठिंडा।